Good noon all. ਕਿਵੇਂ ਪਤਾ ਮੈਂ ਸੋਚਦੀ ਵੀ ਹਾਂ, ਮੇਰੀ ਸੋਚ ਇਹੋ ਜਿਹੀ ਹੈ, ਮੈਂ ਸੋਚ ਰਹੀ ਹਾਂ ਵੀ ਮੈਂ ਜੇ ਰਸੋਈ ਦੀ ਰੈਨੋਵੇਸ਼ਨ ਕਰਾਉਣੀ ਹੋਵੇ ਤਾਂ ਕੀ ਚੀਜ਼ ਇੰਪੋਰਟੈਂਟ ਹੈਗੀ ਮੇਰੇ ਵਾਸਤੇ। ਇੰਪੋਰਟੈਂਟ ਜੇ ਵੀ ਮੈਂ ਇਹੋ ਜਿਹੇ ਪੋਟਸ ਲਵਾਂ ਅਤੇ ਪੋਟਸ ਲੈ ਕੇ ਉਹਦੇ ਵਿੱਚ ਮਿਰਚਾਂ, ਧਨੀਆ, ਪੁਦੀਨਾ ਅਤੇ ਕਈ ਕੁਛ ਲਗਾਵਾਂ ਅਤੇ ਆਪਣੀ ਰਸੋਈ ਨੂੰ, ਇਹ ਰਸੋਈ ਜਿਹੜੀ ਹੈ ਇਹਨੂੰ ਉੱਪਰ ਇੱਦਾਂ ਪੋਟਸ ਰੱਖ ਰੱਖ ਕੇ ਨਾ ਸਜਾ ਦਿਆਂ, ਸਜਾ ਦਿਆਂ। ਚਲੋ ਖਾਬ ਜਿਹੜੇ ਨੇ, ਖਾਬ ਵੀ ਰਹਿ ਜਾਂਦੇ ਨੇ, ਪੂਰੇ ਵੀ ਹੋ ਜਾਂਦੇ ਨੇ, ਟੁੱਟ ਵੀ ਜਾਂਦੇ ਨੇ, ਵੀ ਡੋਂਟ ਮਾਈਂਡ। ਲੈਟ ਅਸ ਕਮ ਐਂਡ ਤੁਹਾਨੂੰ ਦੱਸਾਂ ਵੀ ਮੇਰਾ ਅੱਜ ਲੰਚ ਕੀ ਹੈ। ਆਓ ਜੀ, ਲੰਚ ਮੇਰਾ ਹੈਗਾ ਜੇ ਇਹ ਜਿਹੜੀ ਮਸ਼ਰੂਮ ਅਤੇ ਪਟੈਟੋ, ਬੇਬੀ ਪਟੈਟੋ ਅੱਜ ਕੱਲ੍ਹ ਮਿਲੇ ਨਹੀਂ ਲੇਕਿਨ ਥੋੜ੍ਹੇ ਜਿਹੇ ਛੋਟੇ ਮਿਲੇ ਸੀ ਅਤੇ ਮੈਂ ਲੈ ਆਈ ਹਾਂ ਅਤੇ ਆਪਾਂ ਇਹਨਾਂ ਨੂੰ ਹੁਣ ਕਰਦੇ ਹਾਂ ਤਿਆਰੀ ਸਬਜ਼ੀ ਦੀ। ਹੈਗੀ ਹੈ ਮਸ਼ਰੂਮ, ਮਸ਼ਰੂਮ ਨੂੰ ਅਸੀਂ ਸਾਬਤ ਲੈਣਾ, ਠੀਕ। ਇੱਦਾਂ ਕਰਕੇ ਸਾਰੀ ਮਸ਼ਰੂਮ ਜਿਹੜੀ ਹੈ ਉਹ ਇਸ ਦੇ ਵਿੱਚ ਨਹੀਂ, ਇਹਨੂੰ ਇੱਥੇ ਪਾਉਂਦੇ ਹਾਂ, ਗਲਤੀ ਹੋ ਗਈ ਨਾ, ਗਲਤੀ ਹੋ ਜਾਂਦੀ ਹੈ। ਇਹਦੇ ਵਿੱਚ ਅਸੀਂ ਇਹ ਡੰਡਲ ਪਾਉਣੇ ਨੇ, ਇੱਥੇ ਮਸ਼ਰੂਮ ਪਾਉਣੀ ਹੈ, ਠੀਕ ਹੈ। ਆਂਟੀ ਕੋਲ ਕਿਹੜਾ ਨਹੀਂ ਗਲਤੀਆਂ ਹੁੰਦੀਆਂ, ਗਲਤੀ ਹਰ ਕੋਲ ਹੋ ਜਾਂਦੀ ਹੈ। ਚਲੋ ਜੀ, ਇਹ ਸਾਰੀ ਅਸੀਂ ਇਹਦੇ ਵਿੱਚ ਕਰਕੇ ਪਾ ਲੈਂਦੇ। ਫਰੈਂਡਸ, ਅਸੀਂ ਵੈਸੇ ਵੱਡੀ ਵੱਡੀ ਚੀਜ਼ ਲੈਣਾ ਪਸੰਦ ਕਰਦੇ ਹਾਂ, ਪਰ ਮਸ਼ਰੂਮ ਜਿਹੜੀ ਹੈ ਨਾ, ਜੇ ਤੁਸੀਂ ਉਹ ਛੋਟੀ ਲਓਗੇ ਨਾ ਉਹ ਸਾਫ਼ ਹੋਏਗੀ। ਵੱਡੀ ਮਸ਼ਰੂਮ ਜਿਹੜੀ ਹੈ ਨਾ ਇੱਦਾਂ ਹੁੰਦੀ ਹੈ, ਵਿੱਚੋਂ ਕਾਲੀ ਹੁੰਦੀ ਹੈ, ਦੇਖੋ ਇਹ ਜਿਹੜੀ ਹੈ ਨਾ ਇਹ ਥੋੜ੍ਹੀ ਜਿਹੀ ਡਿਫਰੈਂਟ ਇਹਦੀ ਹੁੰਦੀ ਹੈ, ਪਰ ਇਹ ਮੈਨੂੰ ਵਧੀਆ ਨਹੀਂ ਲੱਗਦੀ, ਮੈਂ ਨਹੀਂ ਪਾ ਰਹੀ। ਅਤੇ ਅਸੀਂ ਛੋਟੀ ਮਸ਼ਰੂਮ ਲੈਣ ਦੀ ਕੋਸ਼ਿਸ਼ ਕੀਤੀ ਪਰ ਵਿੱਚ 2000 ਪੀਸ ਜਿਹੜੇ ਹੈ ਉਹ ਆ ਵੀ ਜਾਂਦੇ ਨੇ, ਛੋਟੀ ਮਸ਼ਰੂਮ ਲਓਗੇ ਤਾਂ ਵਿੱਚੋਂ ਕਾਲੀ ਨਹੀਂ ਹੋਏਗੀ, ਇਹ ਟਿਪ ਹੈ। ਫਰੈਂਡਸ, ਅਸੀਂ ਇਹ ਦੁੱਧ ਅਤੇ ਪਾਣੀ ਮਿਲਾ ਕੇ ਇਹਦੇ ਵਿੱਚ ਅਸੀਂ ਇਹ ਪਾ ਦਿੰਦੇ ਹਾਂ, ਇਹਦੇ ਨਾਲ ਭਾਵੇਂ ਰਾਤ 'ਤੇ ਪਈ ਹੋਵੇ, ਰਾਤ ਤੱਕ ਰੱਖੋ, ਇਹ ਕਾਲੀ ਨਹੀਂ ਹੁੰਦੀ, ਰਾਈਟ। ਅਤੇ ਕਾਲੀ ਸਾਨੂੰ ਚੰਗੀ ਨਹੀਂ ਲੱਗਦੀ। ਅਤੇ ਇਹ ਜੇ ਮੇਰੇ ਆਲੂ, ਹੁਣ ਤੁਸੀਂ ਕਹੋ ਕਿ ਮਸ਼ਰੂਮ ਅਤੇ ਆਲੂ ਦਾ ਕੀ ਮੈਚ ਹੈਗਾ, ਇਹਦੇ ਵਿੱਚ ਆਲੂ 'ਚ ਮੈਂ ਥੋੜ੍ਹੇ ਥੋੜ੍ਹੇ ਕੱਟ ਮਾਰ ਰਹੀ ਹਾਂ ਵੀ ਇਹ ਜਿਹੜਾ ਨਾ ਮਸਾਲਾ ਜਿਹੜਾ ਅਸੀਂ ਬਣਾਵਾਂਗੇ, ਦੱਸਦੀ ਹਾਂ ਮਸਾਲਾ ਕੀ ਬਣਾਉਣਾ, ਅਤੇ ਇਹਦੇ ਵਿੱਚ ਜਿਹੜੀ ਹੈ ਉਹ ਵੜ ਜਾਏਗਾ। ਇਹ ਆਲੂ ਜਿਹੜੇ ਨਾ ਇਹਨਾਂ ਦੇ ਵਿੱਚ ਮੈਂ ਸਾਰਿਆਂ ਦੇ ਵਿੱਚ ਕੱਟ ਮਾਰ ਲਏ ਨੇ, ਔਰ ਇਹ ਅਸੀਂ ਇਹ ਤਿਆਰ ਕਰ ਲਏ, ਇਹ ਤਿਆਰ ਕਰ ਲਏ। ਹੁਣ ਆ ਜਾਓ ਇੱਧਰ ਇੱਥੇ, ਅਸੀਂ ਪੈਨ ਲੈ ਲਿਆ, ਪੈਨ ਦੇ ਵਿੱਚ ਮੈਂ ਯੂਜ਼ ਕਰ ਰਹੀ ਹਾਂ ਓਲਿਵ ਆਇਲ, ਕੋਈ ਵੀ ਆਇਲ ਯੂਜ਼ ਕਰੋ ਪਰ ਜ਼ਿਆਦਾ ਨਹੀਂ ਕਰਨਾ। ਗੱਲ ਇੱਕੋ ਹੀ ਹੈ ਕਿ ਜਿਹੜਾ ਆਪਾਂ ਘਰ ਸਿੰਪਲ ਵਾਲਾ ਖਾਣਾ ਬਣਾਉਣਾ ਹੈ, ਡੇਲੀ ਵਾਲਾ, ਉਹਦੇ ਵਿੱਚ ਅਸੀਂ ਆਇਲ ਨਹੀਂ ਜ਼ਿਆਦਾ ਯੂਜ਼ ਕਰਨਾ ਹੈ। ਅਤੇ ਆਇਲ ਜਿਹੜਾ ਹੈ ਨਾ ਮਿਨੀਮਮ ਜਿਹੜਾ ਉਹ ਪਾਉਣਾ ਹੈ। ਅੱਛਾ, ਹੁਣ ਸਭ ਤੋਂ ਪਹਿਲਾਂ ਅਸੀਂ ਕੀ ਪਾਵਾਂਗੇ, ਮੈਂ ਤੁਹਾਨੂੰ ਪਤਾ ਹੀ ਨਹੀਂ ਵੀ ਬਣਾ ਕੀ ਰਹੀ ਹਾਂ ਮੈਂ। ਇੱਧਰ ਮੈਂ ਬਣਾ ਰਹੀ ਹਾਂ ਜੀ, ਇਹ ਡੰਡਾ ਥੋੜ੍ਹੀ ਐਂਜਾ ਹੀ ਦਿਖਾਉਣਾ ਹੈ। ਆਲੋ, ਮੈਂ ਬਣਾ ਰਹੀ ਹਾਂ ਗਾਰਲਿਕ ਚਿਲੀ ਪਟੈਟੋ ਐਂਡ ਮਸ਼ਰੂਮ, ਬੇਬੀ ਪਟੈਟੋ, ਬਟ ਮੈਨੂੰ ਅੱਜ ਬੇਬੀ ਪਟੈਟੋ ਨਹੀਂ ਮਿਲੇ ਅਤੇ ਮੈਂ ਥੋੜ੍ਹੇ ਜਿਹੇ ਉਹਨਾਂ ਦੇ ਵੱਡੇ ਜਿਹੜੇ ਨੇ ਬੇਬੀ ਤੋਂ ਥੋੜ੍ਹਾ ਜਿਹਾ ਵੱਡਾ ਲੈ ਆਈ ਹਾਂ। ਆਓ ਜੀ, ਲੈਟਸ, ਓਕੇ। ਲਓ ਇਹ ਜਿਹੜਾ ਜੇ ਆਇਲ ਜਿਹੜਾ ਇਹ ਗਰਮ ਹੋ ਗਿਆ, ਬਹੁਤਾ ਕਰਨਾ ਨਹੀਂ ਹੈ ਕਿਉਂਕਿ ਇਹ ਗਾਰਲਿਕ ਹੈ, ਇਹ ਗਾਰਲਿਕ ਦਾ ਕਰੈਕਟਰ ਹੈ, ਸੜਦਾ ਬੜੀ ਜਲਦੀ ਹੈ। ਇਹ ਕੱਟ ਕੇ ਮੈਂ ਗਾਰਲਿਕ ਜਿਹੜਾ ਉਹ ਪਾ ਰਹੀ ਹਾਂ, ਇਹ ਜਿਹੜਾ ਆਪਣੇ ਆਪ ਹੀ ਹੌਲੇ ਹੌਲੇ, ਅਜੇ ਤਾਂ ਮੈਂ ਫੁੱਲ ਹੀ ਰੱਖਿਆ ਹੋਇਆ ਵੇ, ਹਲਕਾ ਵੀ ਕਰਾਂਗੀ ਕੋਈ ਗੱਲ ਨਹੀਂ। ਮਿਰਚਾਂ ਨਹੀਂ ਪਾਉਣੀਆਂ ਨਾਲ, ਗਾਰਲਿਕ ਚਿੱਲੀ ਮਸ਼ਰੂਮ ਐਂਡ ਪਟੈਟੋ, ਓਕੇ। ਇਹ ਹੁਣ ਜਿਹੜਾ ਆਵੇ ਨਾ ਇਹ ਨਾਲ ਹੀ ਪਾ ਦੇਣੇ ਨੇ। ਤੁਸੀਂ ਪੁੱਛੋ ਨਾਲ ਕਿਉਂ ਪਾ ਦਿੱਤਾ ਤੁਸੀਂ, ਕਿਉਂਕਿ ਜੇ ਮੈਂ ਇਹਨੂੰ ਲੇਟ ਪਾਵਾਂਗੀ ਨਾ ਤਾਂ ਇਹਨੇ ਫੇਰ ਕੀ ਹੋਣਾ, ਇਹ ਸੜਨਾ, ਲਸਣ ਨੇ, ਆਪਾਂ ਲਸਣ ਨੂੰ ਸੜਨ ਨਹੀਂ ਦੇਣਾ, ਔਰ ਇਹਨੂੰ ਅਸੀਂ ਤਿਆਰ ਵੀ ਕਰਨਾ।
ਇਹਦੇ ਵਿੱਚ ਅਸੀਂ ਜਿਹਦੇ ਪੋਟੈਟੋ ਤੁਹਾਨੂੰ ਛੋਟੇ ਮਿਲ ਜਾਣ ਉਹ ਤਾਂ ਬੜੀ ਜਲਦੀ ਗਲ ਜਾਂਦੇ ਜੇ, ਇਹਨੂੰ ਅਸੀਂ ਥੋੜ੍ਹਾ ਜਿਹਾ ਆਰਾਮ ਨਾਲ ਹੌਲੇ ਹੌਲੇ ਗਲਾਉਣਾ ਤਾਂ ਕਿ ਆਪਾਂ ਦੂਜੀ ਤਰ੍ਹਾਂ ਵੀ ਕਰ ਸਕਦੇ ਹਾਂ ਵੀ ਇਹ ਪਹਿਲਾਂ ਪਾ ਲਓ ਉਹ ਬਾਅਦ 'ਚ ਪਾ ਲਓ। ਪਰ ਮੈਂ ਗਾਰਲਿਕ ਪਹਿਲਾਂ ਪਾ ਦਿੱਤਾ ਹੈ ਉਹ ਬਾਅਦ ਵਿੱਚ ਪਾ ਰਹੀ ਹਾਂ, ਪਰ ਬਨ ਇੱਦਾਂ ਵੀ ਵਧੀਆ ਜਾਣਗੇ। ਖੁੱਲੀ ਜਾ ਰਹੇ ਦਰਵਾਜ਼ਾ ਬੰਦ ਕਰਕੇ ਦੇਖੋ ਇਹ ਆਲੂ ਜਿਹੜੇ ਨੇ ਇਹ ਹੁਣ ਅਸੀਂ ਨਾ ਇਹਦੇ ਵਿੱਚ ਕਿਉਂਕਿ ਇਹ ਗ੍ਰੀਨ ਚਿੱਲੀ ਵਾਲਾ ਵੀ ਤੁਸੀਂ ਮੈਨੂੰ ਪੁੱਛੋ ਕਿ ਤੁਸੀਂ ਇਹ ਜਿਹੜਾ ਵੇ ਇਹ ਪੇਸਟ ਕਿਉਂ ਨਹੀਂ ਬਣਾ ਕੇ ਪਾਇਆ। ਪੇਸਟ ਮੈਂ ਇਸ ਕਰਕੇ ਬਣਾ ਕੇ ਨਹੀਂ ਪਾਇਆ ਕਿਉਂਕਿ ਇਹ ਸਾਬਤ ਨੇ, ਫਿਰ ਇਹ ਗਲਦੇ ਕਿਸ ਤਰ੍ਹਾਂ। ਇਹਨਾਂ ਨੂੰ ਅਸੀਂ ਪਕਾਉਣਾ ਦੋਨਾਂ ਚੀਜ਼ਾਂ ਨੂੰ ਰਾਈਟ, ਅਤੇ ਇਹਨੂੰ ਪਕਾਉਣ ਵਾਸਤੇ ਹਰੀ ਮਿਰਚ ਪਾ ਲਈਏ, ਇਹ ਪਾ ਲਿਆ ਵੇ। ਹੁਣ ਮਿਰਚ ਮੈਂ ਜਿਹੜੀ ਉਦੋਂ ਪਾਈ ਹੈ ਜਦੋਂ ਇਹ ਹਾਫ ਕੁੱਕ ਹੋ ਗਏ ਨੇ, ਹੁਣ ਇਹਨੂੰ ਫਿਰ ਅਸੀਂ ਦੁਬਾਰਾ ਢੱਕ ਦੇਣਾ। ਇਹ ਦੇਖੋ ਹੁਣ ਜਿਹੜਾ ਗਾਰਲਿਕ ਹੈ ਨਾ ਉਹ ਵੀ ਪੱਕ ਗਿਆ ਜੇ, ਕਿੰਨਾ ਸੋਹਣਾ। ਇਹਦੇ ਵਿੱਚ ਹੁਣ ਅਸੀਂ ਬਾਕੀ ਕੁਝ ਵੀ ਪਾ ਲੈਣਾ ਹੈਗਾ ਵੇ, ਨਮਕ ਪਾਵਾਂਗੇ, ਮੈਂ ਪਾਉਂਦੀ ਹਾਂ ਇਹਦੇ ਵਿੱਚ, ਲਿਆਉਂਦੀ ਹਾਂ, ਲੈਣ ਜਾ ਰਹੀ ਹਾਂ ਬਾਜ਼ਾਰੋਂ। ਇਹ ਸਬਜ਼ੀ ਜਿਹੜੀ ਹੈ ਨਾ ਇੰਨੀ ਕਮਾਲ ਦੀ ਬਣਦੀ ਹੈ, ਮਜ਼ਾ ਆ ਜਾਂਦਾ ਵੇ। ਇਹ ਨਮਕ ਜਿਹੜਾ ਨਾ ਹੁਣ ਇਹ ਮਿਕਸਿੰਗ ਕਰੇਗਾ ਨੀਚੇ ਗਾਰਲਿਕ ਅਤੇ ਮਿਰਚੀ ਐਂਡ ਆਲ। ਅੱਛਾ ਹੁਣ ਮੈਂ ਲਾਲ ਮਿਰਚ ਨਹੀਂ ਪਾਉਣੀ ਜੇ, ਲਾਲ ਮਿਰਚ ਨਹੀਂ ਪਾਉਣੀ ਜੇ, ਥੋੜ੍ਹੀ ਜਿਹੀ ਹਲਦੀ ਪਾ ਦਿੰਦੀ ਹਾਂ, ਹਲਦੀ ਵੀ ਥੋੜ੍ਹੀ। ਐਂਡ ਹੁਣ ਆ ਗਏ ਸਾਡੇ ਗਰਮ ਮਸਾਲੇ, ਇਹ ਗਰਮ ਮਸਾਲਾ, ਗਰਮ ਮਸਾਲਾ ਘਰ ਦਾ ਪੀਸਿਆ ਹੋਇਆ, ਥੋੜ੍ਹਾ ਜਿਹਾ ਧਨੀਆ ਪਾਊਡਰ ਪਾ ਦਿੰਦੀ ਹਾਂ, ਜ਼ਰਾ ਕੁ ਜੀਰਾ ਪਾਊਡਰ ਵੀ ਪਾ ਦਿੰਦੀ ਹਾਂ। ਫਿਰ ਤੁਸੀਂ ਪੁੱਛੋ ਤੂੰ ਪਾਇਆ ਕੀ ਨਹੀਂ, ਮੈਂ ਨਹੀਂ ਪਾਈ ਇਹਦੇ ਵਿੱਚ ਮਿਰਚੀ। ਇਹ ਜਿਹੜੀ ਸਬਜ਼ੀ ਹੈ ਨਾ ਕੋਈ ਵੀ ਜਿਹੜੀ ਲਸਣ ਅਦਰਕ ਵਾਲੀ ਬਣਾਓ ਔਰ ਸੁੱਕੀ ਹੋਵੇ ਉਹਦੇ ਵਿੱਚ ਪਾਓ ਥੋੜ੍ਹੀ ਜਿਹੀ ਮਲਾਈ ਰਾਈਟ। ਮਲਾਈ ਦੇ ਨਾਲ ਜਿਹੜੀ ਫਿਰ ਇਹਦੇ 'ਚ ਮਿਕਸਿੰਗ ਹੋਣੀ ਹੈ, ਜਿਹੜਾ ਇਹਦਾ ਸਵਾਦ ਆਉਣਾ ਜੇ ਉਹ ਤਾਂ ਵੇਖਿਆ ਨਹੀਂ ਵੇਖਿਆ ਜਾਣਾ, ਖਾਧਿਆ ਨਹੀਂ ਖਾਧਾ ਜਾਣਾ, ਬਹੁਤ ਕਮਾਲ ਦਾ। ਉਂਗਲਾਂ ਚੱਟੋਗੇ ਤੁਸੀਂ ਇਸ ਸਬਜ਼ੀ ਨੂੰ ਬਣਾ ਕੇ, ਆਲੂ ਦੇਖ ਲਈਏ ਗਲੇ ਕਿ ਨਹੀਂ ਗਲੇ। ਅੱਜ ਆਲੂਆਂ ਦਾ ਮੈਨੂੰ ਬਹੁਤ ਡਾਊਟ ਹੈ ਵੀ ਇਹ ਕਿਵੇਂ ਗਲਣਗੇ ਕਿਉਂਕਿ ਮੋਟੇ ਇੰਨੇ ਨੇ। ਅਤੇ ਤੁਸੀਂ ਇਹਨੂੰ ਨਾ ਉਬਾਲ ਕੇ ਪਾ ਲੈਣਾ, ਮੈਂ ਐਵੇਂ ਕੱਚਿਆਂ ਦਾ ਪੰਗਾ ਲੈ ਲਿਆ ਅਤੇ ਤੁਸੀਂ ਉਬਾਲ ਕੇ ਪਾਉਣਾ। ਲੈਟ ਮੀ ਚੈੱਕ ਕਿ ਕੁਛ ਉਹ ਹੀ ਨਹੀਂ ਗਲ ਗਏ ਜੇ, ਆਹ ਦੇਖੋ ਮੈਂ ਹਾਫ ਕੀਤਾ ਅਤੇ ਹੋ ਗਿਆ। ਵਾਹ ਹੈ ਕਿਤੇ ਉਹ ਵੈ ਹੋ ਆਲੂ, ਆਲੂ ਜਿਸ ਤੁਸੀਂ ਕਿੱਥੇ ਚਲਾ ਗਿਆ, ਉਹ ਇਹ ਵੀ ਹੋ ਗਿਆ, ਇਹ ਵੀ ਹੋ ਗਿਆ, ਮਸ਼ਰੂਮ ਵੀ ਟੁੱਟ ਗਈ, ਉਹ ਵੀ ਟੁੱਟ ਗਿਆ। ਹੁਣ ਅਸੀਂ ਇਹਨੂੰ 5 ਮਿੰਟ ਵਾਸਤੇ ਢੱਕ ਦੇਣਾ। ਲਓ ਜੀ ਸਬਜ਼ੀ ਜਿਹੜੀ ਹੈ ਉਹ ਮਸਾਲਾ ਇੱਕਦਮ ਹੋ ਗਿਆ, ਇਹਦੇ 'ਚ ਗਾਰਲਿਕ ਅਤੇ ਚਿੱਲੀ ਦਾ ਟੇਸਟ ਆਉਣ ਵਾਲਾ ਬਹੁਤ ਵਧੀਆ ਵਾਲਾ। ਅਤੇ ਇਹ ਹੁਣ ਅਸੀਂ ਸ਼ਿਫਟ ਕਰੀਏ। ਦੇਖੋ ਮੈਂ ਤੁਹਾਨੂੰ ਦੱਸਾਂ ਝੂਠ ਨਹੀਂ ਬੋਲਾਂਗੀ ਬਿਲਕੁਲ ਵੀ, ਇਹ ਘੀ ਮੇਰੇ ਇਹਦੇ ਵਿੱਚ ਜ਼ਿਆਦਾ ਹੈ ਕਿਉਂਕਿ ਮੈਂ ਮਲਾਈ ਪਾਈ ਸੀ ਅਤੇ ਘੀ ਜਿਹੜਾ ਹੈ ਨਾ ਉਹ ਮਲਾਈ ਨਾਲ ਘੀ ਜਿਹੜਾ ਉਹ ਹੋਰ ਹੋ ਜਾਂਦਾ ਹੈ ਰਾਈਟ। ਅਤੇ ਹੁਣ ਨਾ ਮੈਂ ਕੀ ਕਰਾਂਗੀ, ਬਦਮਾਸ਼ੀ ਪੁੱਛੋ ਨਾ ਕੀ, ਹੁਣ ਮੈਂ ਕੀ ਕਰਾਂਗੀ, ਘੀ ਨੂੰ ਮੈਂ ਕੋਈ ਨਹੀਂ ਵਰਤਣਾ, ਘੀ ਨੂੰ ਇਹਦੇ ਵਿੱਚ ਹੀ ਪੈਨ 'ਚ ਰਹਿਣ ਦੇਣਾ ਮੈਂ, ਅਤੇ ਬਾਕੀ ਸਬਜ਼ੀ ਜਿਹੜੀ ਹੈ ਉਹ ਪਾਲਣੀ ਹੈ। ਤੁਹਾਡੇ ਅੰਕਲ ਨੇ ਕਹਿਣਾ ਵਾਹ ਤ੍ਰਿਪਤਾ ਨੇ ਬਣਾਈ ਅਤੇ ਘੀ ਬਿਲਕੁਲ ਮਿਨੀਮਮ ਦਿਸਦਾ ਨਹੀਂ ਹੈਗਾ, ਠੀਕ ਹੈ ਆਪਾਂ ਇੱਥੇ ਛੱਡ ਦੇਣਾ ਹੈਗਾ ਵੀ। ਥੋੜ੍ਹੀ ਜਿਹੀ ਬਦਮਾਸ਼ੀ ਕਰਨ ਨੂੰ ਕੋਈ ਹਰਜ ਨਹੀਂ ਹੁੰਦਾ, ਜਿਹਦੇ ਨਾਲ ਅਗਲਾ ਬੰਦੇ ਦਾ ਦਿਲ ਜਿਹੜਾ ਉਹ ਖੁਸ਼ ਹੋ ਜਾਵੇ। ਜ਼ਿਆਦਾ ਨਹੀਂ, 1 ਸਪੂਨ ਜਿਹੜਾ ਘੀ ਹੈ ਨਾ ਉਹ ਘੀ ਨਹੀਂ ਓਇਲ ਜੋ ਵੀ ਹੈ ਉਹ ਜ਼ਿਆਦਾ ਵੀ ਹੈ, ਠੀਕ ਹੈ ਅਤੇ ਕੋਈ ਗੱਲ ਨਹੀਂ। ਫਿਰ ਕੀ ਹੋਇਆ, ਅਤੇ ਇਹ ਜਿਹੜੀ ਸਬਜ਼ੀ ਹੈ ਬਣ ਕੇ ਤਿਆਰ ਹੋ ਗਈ ਹੈ ਅਤੇ ਆਪਾਂ ਚੱਲਦੇ ਹਾਂ ਖਾਣ। ਰਜੇਤ ਅੱਜ ਕੀ ਬਣਾਇਆ ਦਿਖਾਓ ਮੈਨੂੰ, ਦੇਖੋ ਮੈਂ ਥੋੜ੍ਹੀ ਜਿਹੀ ਬਦਮਾਸ਼ੀ ਕੀਤੀ ਹੋਈ ਹੈ ਪਰ ਨੋ ਵਰੀਸ, ਤੁਹਾਨੂੰ ਪਤਾ ਨਹੀਂ ਲੱਗਣੀ, ਗੋਲ ਗੋਲ ਹੀ ਹੈ ਸਭ ਕੁਝ, ਦੁਨੀਆ ਗੋਲ ਹੀ ਯਾਰ ਹੱਦ ਹੋ ਗਈ ਹੈ ਤੈਨੂੰ ਪਤਾ। ਹਾਂ
ਇੱਕੋ ਜਿਹੜਾ ਸੀ ਨਾ ਆਪਣਾ ਹੈਗਾ ਪ੍ਰਮੋਦ ਕੁਛ ਕਰਨਾ ਹਾਂ ਉਹਨੇ ਬੜੀ ਗੱਲ ਕਮਾਲ ਦੀ ਕੀਤੀ ਸੀ ਹਾਂ ਉਹਨਾਂ ਰਾਜਸਥਾਨ ਚ ਕੋਹ ਲਿਆਇਆ ਜਿਹੜੀਆਂ ਪੁਰਾਣੀਆਂ ਬਾਰੀਆਂ ਹਾਂ ਹਾਂ ਮੈਨੂੰ ਯਾਦ ਹੈ ਕਿਲੇ ਹੈ ਨਾ ਤੇ ਇੱਥੇ ਲਾਈ ਸੀ ਉਹਨਾਂ ਆਪਣੇ ਘਰ ਤੇ ਤੇ ਉਹ ਗੱਲਾਂ ਕਰਦਾ ਕਰਦਾ ਕਹਿੰਦਾ ਤੈਨੂੰ ਪਤਾ ਇੱਕ ਗੱਲ ਵੀ ਕਿੱਥੇ ਮੈਂ ਆਖਿਆ ਕੀ ਗੱਲ ਕਹਿੰਦਾ ਕੁਦਰਤ ਨੇ ਜਾਂ ਰੱਬ ਨੇ ਕਹਿ ਲਓ ਵੀ ਹਰ ਇੱਕ ਚੀਜ਼ ਦਾ ਸਿਰਾ ਗੋਲ ਬਣਾਇਆ ਕੋਈ ਇਹੋ ਜਿਹੀ ਚੀਜ਼ ਨਹੀਂ ਬੰਦੇ ਜਿੰਨੇ ਆਹ ਤਿੱਕੇ ਕੀਤੇ ਨਾ ਸਾਰੇ ਬੰਦੇ ਨੇ ਕੀਤੇ ਉਹ ਕਹਿੰਦਾ ਤੁਸੀਂ ਕੋਈ ਚੀਜ਼ ਸੋਚ ਕੇ ਦੇਖ ਲਓ ਧਰਤੀ ਗੋਲ ਨਹੀਂ ਨਹੀਂ ਵੀ ਤੁਸੀਂ ਆਏ ਨਾ ਜਿਹੜੇ ਟਾਹਣੀ ਹੈ ਵੀ ਟਾਹਣੀਆਂ ਦੇ ਉੱਤੇ ਜਿਹੜਾ ਆਖਰੀ ਸਿਰਾ ਗੋਲ ਹੁੰਦਾ ਹੈ ਪੱਤਾ ਪੱਤੇ ਦਾ ਆਖਰੀ ਸਿਰਾ ਗੋਲ ਅਖੀਰ ਤੇ ਬੁਲਾਈ ਹੁੰਦੀ ਹੈ ਔਰ ਸੂਰਜ ਗੋਲ ਹਰ ਚੀਜ਼ ਸੂਰਜ ਗੋਲ ਚੰਦਰਮਾ ਗੋਲ ਇਹ ਹੁੰਦੀ ਹੈ ਤਾਰੇ ਗੋਲ ਹੈ ਸੋਚ ਕੇ ਦੇਖੋ ਵੀ ਕੁਦਰਤ ਨੇ ਹਰ ਚੀਜ਼ ਗੋਲ ਜੋ ਕੋਈ ਜਾਨਵਰ ਦੇਖ ਲੋ ਕੋਈ ਉਹਦਾ ਪੈਰ ਆਖਿਰਕਾਰ ਗੋਲ ਹੁੰਦਾ ਕੀੜੀ ਦਾ ਪੈਰ ਵੀ ਆਖਿਰ ਇਨਸਾਨ ਦਾ ਵੀ ਕੁਛ ਇਨਸਾਨ ਦਾ ਹੁੰਦਾ ਕੀੜੀ ਦੇ ਪੈਰ ਜਿਹੜੇ ਤਿੱਖੇ ਲੱਗਦੇ ਆਪਾਂ ਨੂੰ ਆਪਣੀ ਮਰੀ ਜਾਂਦੇ ਹੈ ਹਾਏ 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 ਯਾਰ ਆਲੂ ਮਿਲੇ ਨੀ ਆਪਾਂ ਨੂੰ ਤੇ ਹੁਣ ਹਾਂ ਤੇ ਅਸੀਂ ਉਹ ਜਿਹੜੇ ਮਿਲੇ ਥੋੜੇ ਜਿਹੇ ਸਮਾਲ ਸੀਗੇ ਉਹਨਾਂ ਨੂੰ ਇਸੇ ਯੂਜ਼ ਕੀਤਾ ਜੇ ਆਪਾਂ ਮੈਂ ਤੇ ਉਹਨਾਂ ਨੂੰ ਵੀ ਦੱਸਣਾ ਆਪਣੇ ਇਹੋ ਜਿਹੇ ਆਲੂ ਮਿਲ ਜਾਣ ਇੰਨੇ ਵਾਲੇ ਇਹ ਥੋੜੇ ਜਿਹੇ ਵੱਡੇ ਆ ਨਾ ਇਹ ਦੇਖੋ ਇਹ ਆਲੂ ਤੇ ਇਹ ਮਸ਼ਰੂਮ ਤਾਂ ਇਹ ਸਬਜ਼ੀ ਜਿਹੜੀ ਹੈ ਨਾ ਇੰਨੀ ਕੁ ਸਵਾਦ ਨਹੀਂ ਮਿਲ ਰਹੇ ਡਾਰਲਿੰਗ ਨਹੀਂ ਮਿਲ ਰਹੇ ਦੇਖੋ ਇਹ ਤਾਂ ਹੋ ਗਈ ਇਹ ਤਾਂ ਹੋ ਗਈ ਰਾਜੇ ਤੇ ਉਹਦੀ ਵਾਲੀ ਕਹਾਣੀ ਹੁਣ ਸਾਰੇ ਹੀ ਕਹਿੰਦੇ ਨੇ ਵੀ ਮੈਂ ਉਹ ਰਾਜਾ ਕਹਿੰਦਾ ਸੀ ਨਾ ਜੀਆਂ ਬਿਗ ਬਾਸਕਟ ਤੋਂ ਮੰਗਾ ਦੂੰਗਾ ਰਾਜਾ ਕਹਿੰਦਾ ਸੀ ਨਾ ਇਹਨੂੰ ਨਾ ਮਾਰ ਤੇ ਮੈਂ ਗੱਲਾਂ ਹੀ ਮਾਰਾਂਗੀ ਜਦੋਂ ਤੁਸੀਂ ਮੈਨੂੰ ਇਹ ਵਾਲੀ ਗੱਲ ਕਹੀ ਹੈ ਭੁੱਖ ਲੱਗੀ ਹੈ ਨਹੀਂ ਤੁਸੀਂ ਮੈਨੂੰ ਗੱਲ ਕਹੀ ਹੈ ਐਨੀਵੇ ਤੁਸੀਂ ਪਾਓ ਮੈਂ ਤੁਹਾਨੂੰ ਮਨਾ ਕਿੱਥੇ ਪਾਉਣ ਨੂੰ ਹੱਦ ਹੋ ਗਈ ਹੈ ਹੱਦ ਹੋ ਗਈ ਹੈ ਮੈਂ ਕਿਹਾ ਕੀ ਪਤਾ ਕਿ ਮੂਰਤ ਪੜਨਾ ਹੋਵੇ ਅੱਛਾ ਰੋਜ਼ ਮੂਰਤ ਪੜ ਕੇ ਰੋਟੀ ਖਾਂਦੇ ਹੋ ਪੰਡਿਤ ਜੀ ਆਉਂਦੇ ਨੇ ਫਿਰ ਸ਼ੁਰੂ ਕਰਦੇ ਹੋ ਰੋਟੀ ਤੁਸੀਂ ਉਹਨੇ ਦੇ ਖਾ ਕੇ ਮੈਨੂੰ ਦੱਸੋ ਵੀ ਕਿਹੋ ਜੀ ਹੈ ਕੀ ਹੁਕਮ ਹੋ ਜੀ ਉਹ ਬੇਬੀਜ਼ ਆ ਜਾਓ ਲਓ ਜੀ ਅਸੀਂ ਤਾਂ ਦੇਖਦੇ ਹਾਂ ਇਹਨਾਂ ਨੇ ਪਤਾ ਨਹੀਂ ਕਦੋਂ ਖਾਣੀ ਵਾਹ ਹੈਗੀ ਹੈ ਬਹੁਤ ਸਵਾਦ ਹੈ ਤੇ ਨਮਕ ਥੋੜਾ ਤਿੱਖਾ ਹੈ ਤਿੱਖਾ ਹੈ ਮੈਨੂੰ ਵੀ ਲੱਗ ਗਿਆ ਰੋਟੀ ਨਾਲ ਤਾਂ ਠੀਕ ਲੱਗੇਗਾ ਤੇ ਮੈਂ ਤਾਂ ਇਹ ਤਿੱਖਾ ਵੀ ਖਾ ਲੈਣਾ ਵੈਸੇ ਤੁਹਾਨੂੰ ਦੱਸਾਂ ਇੱਕ ਇੰਟਰਸਟਿੰਗ ਗੱਲ ਰੋਟੀ ਵੀ ਆ ਗਈ ਜੇ ਫੁਲਕਾ ਰੜਿਆ ਹੋਇਆ ਪਰ ਬਹੁਤ ਜ਼ਿਆਦਾ ਨਹੀਂ ਪਹਿਲਾ ਫੁਲਕਾ ਸਾਡੇ ਕੋਲ ਚੰਗਾ ਨਹੀਂ ਬਣਦਾ ਹੈ ਹਜ਼ਾਰ ਚੋ ਰੁਪਏ ਨੇ ਤੁਸੀਂ ਲੈ ਲਓ ਲੈਣਾ ਵੈਸੇ ਤੇ ਸਬਜ਼ੀ ਕਰਾਰੀ ਹੈ ਰਾਈਟ ਤੇ ਆਹ ਮੈਨੂੰ ਵੀ ਗ੍ਰਾਈਂਡ ਦੇ ਦਿਓ ਮੈਨੂੰ ਵੀ ਖਾਣ ਦਿਓ ਅਸੀਂ ਸਵੇਰ ਦੀ ਦੇਖੋ ਮੈਂ ਇੰਨਾ ਕੰਮ ਕਰਦੀ ਹਾਂ ਤੇ ਮੈਨੂੰ ਰੋਟੀ ਖਾਣ ਦਾ ਹੁਕਮ ਹੈ ਖਾਵਾ ਸਬਜ਼ੀ ਬਣੀ ਹੈ ਉਮਦਾ ਸਵਾਦ ਕਹਿੰਦੇ ਨੇ ਸਲਾਦ ਇਹਦੇ ਨਾਲ ਨਹੀਂ ਖਾਣਾ ਚਾਹੀਦਾ ਪਹਿਲਾਂ ਖਾ ਲੈਣ ਅਸੀਂ ਖਾ ਵੀ ਲੈਂਦੇ ਹਾਂ ਅੱਜ ਮੇਰੇ ਕੋਲ ਟਾਈਮ ਨਹੀਂ ਸੀ ਮੈਂ ਖਾ ਰਹੀ ਹਾਂ ਤੁਸੀਂ ਵੀ ਬਣਾਓ ਇੰਜੋਏ ਕਰੋ ਇਹ ਖਾਣਾ ਸਾਡੇ ਨਾਲ